हाँ जी सत श्रीकाल जी सारे वधिया फार्म यूट्यूब चैनल पे तुहाडा स्वागत है जी। किसान वीरो अज दे जिहड़े आपां वीडियो बना रहे हां पिंड पंज कराई तहसील अजनाला ते जिला अमृतसर सोनू भलवान को आपां पहुंच चुके हैं ते अगे वेस घर दे विच तुहानूं वीडियो दिखाई दियां वां ते अज दी वीडियो दे विच तुहानूं तीन जर्सी गावां दिखाउणियां ते तिन्ने तुहानूं सूईयां दिखावांगे। आओ हुण गल्लबात आपां वीर जी उहनां नाल करदे हां, पुछदे हां सारी डिटेल। हाँ जी वीर जी सत श्रीकाल जी। सत श्रीकाल वीर जी। सत श्रीकाल जी। होर सुनाओ ठीक ठाक जी? वधिया वधिया, तुसीं सुनाओ वीर जी? ठीक ठाक। होर काम कार चली जांदा? वधिया हाँ, चली जांदा चली जांदा। चलो वधिया। नाम दस दिओ करी अपना। मेरा नाम सोनू पहलवान, हाँ जी, पिंड पंज ग्रहियां तहसील जनाला जिला अंबरसर। ठीक है, फोन नंबर बोल दिओ करी। 97818 हाँ जी 97029। ठीक है, जेहड़ा अंबरसर तो जनाला रोड है, रोड के उपर ही अपना पिंड। आपां इत्थे रिलायंस वाला पंप आवां जी। हाँ जी हाँ जी। रिलायंस वाले पंप तो अद्धा किलोमीटर वाला पिंड जी। हाँ जी हाँ जी। ठीक है, तो फोन नंबर बोल दे करी। 97818 97029। ठीक है, तो सूईया ही तिने अज अपने तिने सूईया शुरुआत फिर आप जी पहले नंबर वाली तो जी करनी। हाँ देख सकते होना जरा ये हूँ जी जी रंग रूप की सोहनी है, साफ सुथरी बैड जी तुम दिखा दे थन भी देख करी लग रहा तुम दिखा दी। हाँ देख सकते थना का साइज भी जरा चंगा है, तो गैप भी चंगा है, तो मिल्क मेन भी सोहनी लगी है। ਕਿੰਨਾ ਸੂਆ ਸੂਈ ਜੀ? ਵੀਰ ਜੀ ਦੂਜਾ ਸੂਆ ਸੂਈ। ਦੂਸਰਾ ਸੂਆ ਸੂਈ ਹੈ? ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ? ਇਹਨੂੰ ਹੋ ਗਏ ਜੀ 10-12 ਦਿਨ ਹੋ ਗਏ ਜੀ। ਅੱਛਾ 10-12 ਦਿਨ ਹੋ ਗਏ ਆ। ਤੇ ਦੁੱਧ ਕਿੰਨਾ ਜੀ ਮੌਕੇ ਤੇ ਤਿਆਰ? ਵੀਰ ਜੀ ਮੌਕੇ ਦੇ ਥੱਲੇ 13 ਕਿਲੋ ਦੁੱਧ ਤਿਆਰ ਜੀ। ਤਿਆਰ 13 ਲੀਟਰ ਪੂਰਾ? 13 ਲੀਟਰ ਤਿਆਰ ਜੀ। ਹਾਂ ਜੀ। ਅੱਛਾ ਚਵਾ ਕੇ ਦੋਗੇ ਮੌਕੇ? ਚਵਾ ਕੇ ਭਾਵੇਂ 2 ਡੰਗ 4 ਡੰਗ ਚੋਵੇ ਇੱਥੇ ਆਣ ਕੇ ਬੰਦਾ। ਅੱਛਾ ਹਾਂਜੀ ਹਾਂਜੀ। ਕਿੰਨਾ ਕੁ ਦੁੱਧ ਚਵਾ ਜੂਗੇ? ਦੁੱਧ 15 ਕਿਲੋ ਚਵਾਈ ਜਾਊਗੀ। ਚਵਾ ਦੋ 15 ਲੀਟਰ ਚਵਾ ਦੂਗੀ ਚਵਾ ਦੂਗੀ। ਠੀਕ ਹੈ, ਤੇ ਬੱਚਾ ਕੀ ਆ ਗਿਆ ਤੇ ਮਗਰ? ਬੱਚਾ ਜੀ ਸ਼ੇਦ ਮਗਰ ਬੱਚਾ? ਹਾਂ ਜੀ ਬੱਚਾ ਪਲਿਆ ਪਲਿਆ ਚੰਗਾ ਦੁੱਧ। ਠੀਕ ਆ, ਕਿਸ ਨੇ ਚੰਗਾ ਹੀ ਲਵਾਇਆ ਜੀ। ਠੀਕ ਹੈ, ਤੇ ਕੀ ਫਿਰ ਮੁੱਲ ਰੱਖਣਾ ਜੇ ਤਾਂ? ਇਹਦਾ ਮੁੱਲ ਵੀਰ ਜੀ ਜਾਇਜ਼ ਹੀ ਹੈ। ਕਿੰਨਾ ਕੁ? 32000 ਜੀ। 32000? ਹਾਂ ਜੀ ਹਾਂ ਜੀ। ਹੋ ਜੂ ਮਾਨਤਾਨ ਵਿੱਚ ਕਰ ਦਾਂਗੇ, ਮਾਨਤਾਨ ਕਰਾਂਗੇ। ਠੀਕ ਹੈ, ਖੋਲਾ ਫਿਰ ਵੀਰ ਜੀ ਤੋਰੀਏ ਕਰੀ ਨੂੰ ਦੁੱਧ ਮੌਕੇ ਤੇ ਜਿਹੜਾ ਵਾ 13 ਲੀਟਰ ਤਿਆਰ ਦੱਸਦੇ ਆ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਖੜੇ ਜੀ? ਉਂਝ ਵੀ ਜਿਹੜੀ ਰੰਗ ਰੂਪ ਦੀ ਵੀ ਸੋਹਣੀ ਹੈ, ਸਾਫ਼ ਸੁਥਰੀ ਬੈਡ ਹੈ ਜਿਹੜੀ, ਆ ਦੇਖ ਸਕਦੇ ਜੀ। ਰੱਸੀ ਤੋਂ ਤੁਰਨ ਦਾ ਥੋੜ੍ਹਾ ਜਿਹਾ ਕਰ ਦਿਓ, ਹਵਾਨਾ ਇਹਦਾ ਕਰੀ ਲੱਗ ਗਿਆ ਤਾਂ ਦੇਖ ਸਕਦੇ। ਰੱਸੀ ਤਾਂ ਥੋੜ੍ਹਾ ਜਿਹਾ ਘੱਟ ਹੀ ਤੁਰਦੀ। ਲੈ ਜਾਓ ਵੀਰ ਜੀ, ਘੁਮਾ ਕੇ ਲੈ ਜਾਓ, ਕੋਈ ਗੱਲ ਨਹੀਂ। ਉੱਧਰ ਨੂੰ ਥੋੜ੍ਹਾ ਤੇਜ਼ ਭੱਜਦੀ ਹੈ, ਬੱਚੇ ਵੱਲ ਜਿਹੜਾ ਜ਼ਿਆਦਾ ਜਾਂਦੀ ਹੈ। ਬਾਕੀ ਹਵਾਨਾ ਵੀ ਇਹਦਾ ਪਿੱਛੇ ਤੋਂ ਇੱਕ ਵਾਰੀ ਦੇਖ ਸਕਦੇ ਜੀ, ਥਾਂ ਇੱਕ ਵਾਰੀ ਦੂਸਰੇ ਪਾਸੇ ਤੋਂ ਵੀ ਲੱਗ ਕੇ ਤਾਂ ਦੇਖ ਸਕਦੇ ਜੀ। 32000 'ਚ ਮਾਨਤਾਨ ਜਿਹੜਾ ਵੀਰ ਜੀ ਨੂੰ ਕਹਿੰਦੇ ਕਿ ਇਹਦਾ ਆਪਾਂ ਕਰ ਦਿਆਂਗੇ। ਹੁਣ ਜਿਹੜੀ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਹੋਰ ਤੁਹਾਨੂੰ ਸੂਈ ਗਾਂ ਦਿਖਾਉਣੀ ਹੈ, ਬੱਚਾ ਕੀ ਆ ਗਿਆ ਵੀਰ ਜੀ ਇਹਦੇ ਮਗਰ? ਇਹਦੇ ਮਗਰ ਵੀ ਬੱਚਾ ਜੀ। ਇਹਦੇ ਮਗਰ ਵੀ ਬੱਚਾ ਜੀ। ਠੀਕ ਹੈ ਜੀ, ਥਨ ਕਾਫੀ ਪਿਆਰਾ ਲੱਗਾ ਇਹਦੇ ਕੋਲ ਵੀ। ਹਾਂ ਦੇਖ ਸਕਦੇ ਜੀ ਥਨਾਂ ਦਾ ਸਾਈਜ਼, ਅਤੇ ਗੈਪ ਵੀ ਥਨਾਂ ਦਾ ਦੇਖ ਸਕਦੇ ਜੀ। ਅਗਲੇ ਪਿਛਲੇ ਥਨ ਦੇਖ ਸਕਦੇ ਚੰਗੀ ਤਰ੍ਹਾਂ, ਸਹਿਜ ਥਨਾਂ ਦਾ ਚੰਗਾ, ਅਤੇ ਗੈਪ ਵੀ ਕਾਫੀ ਜਿਹੜਾ ਚੰਗਾ, ਦੂਰ ਦੂਰ ਜਿਹੜਾ ਥਾਂ ਹੈ। ਬਾਕੀ ਹਵਾਨਾ ਵੀ ਜਿਹੜਾ ਪਛਾਣ ਤੋਂ ਲੈ ਕੇ ਅਤੇ ਗਾਂਹ ਤੱਕ ਹਵਾਨਾ ਜਿਹੜਾ ਚੰਗਾ ਹੈ। ਇਹਦਾ ਵੀਰ ਜੀ ਕਿੰਨਵਾਂ ਸੂਆ ਜੀ? ਇਹ ਵੀ ਵੀਰ ਜੀ ਦੂਜਾ ਸੂਆ ਸੂਈ ਜੀ। ਇਹ ਵੀ ਦੂਸਰਾ ਸੂਆ ਸੂਈ? ਚਿਹਰੇ ਦੀ ਦੇਖ ਸਕਦੇ ਜੀ, ਇਹਨੂੰ ਕਿੰਨਾ ਚਿਰ ਹੋਇਆ ਸੂਈ? ਇਹ ਪਰਸੋਂ ਵੀਰ ਜੀ ਸ਼ਾਮੀ ਸੂਈ ਜੀ। ਪਰਸੋਂ ਸ਼ਾਮੀ ਸੂਈ ਹੈ? ਇਹਦੇ ਕੋਲ ਕਿੰਨਾ ਕੁ ਬੋਲਾ ਜੀ? ਇਹਦੇ ਥੱਲੇ 11 ਕਿਲੋ ਹੋਊਗਾ ਬੋਲਾ ਜੀ। 11 ਕੁ ਲੀਟਰ ਹੈਗਾ? 11 ਕਿਲੋ ਹੈ ਜੀ। ਇਹ ਕਿੰਨਾ ਕੁ ਚਵਾ ਜੂ ਦੁੱਧ? 13-14 ਕਿਲੋ ਚਵਾ ਦੂਗੀ। ਅੱਛਾ, 13-14 ਲੀਟਰ ਇਹ ਵੀ ਚਵਾ ਦੇਊਗੀ। ਹਾਂਜੀ। ਇਹਦਾ ਕੀ ਮੁੱਲ ਰੱਖਣਾ ਜੀ? ਜੈ ਜੇ ਵੀਰ ਜੀ ਇਹਦਾ 30000 ਜੀ। ਅੱਛਾ 30000। ਹਾਂਜੀ ਹਾਂਜੀ। ਕਰ ਦੋ ਕਿ 30000 ਚ ਮਾਨ? ਕਰ ਦਾਂਗੇ ਜੀ, ਕਰਾਂਗੇ ਮਾਨ। ਠੀਕ ਹੈ ਜੀ, ਖੋਲੋ ਜੀ ਫਿਰ ਤੋਰੀਏ ਕਰੀ ਨੂੰ। 30000 ਚ ਮੈਂ ਮਾਨ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਇਹਦਾ ਆਪਾਂ ਕਰ ਦੇਵਾਂਗੇ। ਦੇਖ ਸਕਦੇ ਜੀ ਠੀਕ ਹੈ ਵੀਰ ਜੀ, ਲੈ ਜਾਓ ਘੁਮਾ ਕੇ। ਕਰੀ ਫਿਰ ਤੋਂ ਠੀਕ ਸਕਦੇ ਜੀ।
हुण तीसरे नंबर ते इक तुहानूं होर आ वैड दिखाउणी काले रंग दी, काफ़ी सोहनी आ ते कद काट ती भी जिहड़ी चंगी उच्ची, बाकी थानां दा साइज भी इहदे कोल काफ़ी चंगा दे सकते जी, थानां दा साइज भी इहदे करी लागे तो दे सकते जी। दसीए वीर जी इहदा किन्नवां सूआ जी? ठंड बड़ी पैंदी रही, बच्चा ठंड लग गया, मर गया। अच्छा बच्चा नहीं है? अच्छा ठीक है। दुध किन्ना जी मौके ते? चलो फिर खोलिए करी तोरी। 14 लीटर दुध मौके ते हैगा, वधु होर दुधों के नहीं? वधु वधु। किन्ना के दुध चवा सकदी जी? दुध 16-17 किलो ते चवाऊगी। 16-17 लीटर दुध जिहड़ा वीर जी कहिंदे कि चवा दूगी। काले रंग की वैड जिहड़े वीरां दी डिमांड हुंदी आ कि काले रंग की वैड होवे, पूरी काली होवे, थन भी काले होण, ते उहनां वीरां वास्ते जिहड़ी वैड आ तुसीं देख सकदे जी, फैट जिहड़ी इहदी भी चंगी आऊगी। मौके ते 14 लीटर आ। की फिर मुल रखना वीर जी इहदा? वीर जी मुल जायज ही आ, उह बंदे ने सानूं साई पाई, उहने खराब बड़ा कीता, जे नहीं लैणी आ तां 2 दिन मैं 2 दिन रुक जाऊं। हांजी ते उह आया नहीं, मैनूं सगों फोन होर वी लोकां दे आउंदे रहे आ। ठीक है। तां फिर साडे कोई इक्को गाय चल दुध वास्ते घर फिर आईआं, फिर सांभी जांदे आ। अच्छा हांजी हांजी ठीक है। ते की फिर हुण दस्सिए जायज आ मुल इहदा? इहदा मुल 36,000 जी। 36,000 कर दोगे मानतन विच? कर दांगे मानतन जरा वीर आऊगा, खुल्ला ही कर दोगे? कर दांगे। कोई वीर फोन लावे है ना, चलो दे देनी आ, मानतन करांगे वीर जी। ठीक है ठीक है वीर जी, हर कुछ कहना है जी। ठीक है वीर जी, बहुत बहुत धन्यवाद जी। पशु वीर जी उन्होंने 3 मकाऊ किए, बाकी कोई वीर इत्थे आ गए अपनी तसली करके पास करके फिर अपना पशु खड़े जी। हाँ जी दोस्तों, वीडियो ने पूरा देखने लिए बहुत बहुत धन्यवाद जी।